ਲਓ ਮੈਂ ਆਦੀ ਦੇ ਸਾਹਮਣੇ ਮਗਰੋਂ ਕੋਈ ਵੀ ਕਮਾਲ ਭੂਖ ਦੇ ਲੱਖ ਜੇ ਕੋਲ ਕੁਝ ਨਸ਼ਟ ਹੋਣਾ ਹੈ ਕਲ ਯੁੱਗ ਆਪਣਾ ਜਾਪ ਦਿਖਾਉਣਾ ਹੀ ਉਹ ਜਿਹੜੇ ਸਮੇਂ ਨੂੰ ਰਹੀ ਸੀ ਅਜੀ ਕਲੂੜਾ ਉਹ ਸਮਾਂ ਜਹਾਨ ਤੇ ਆਉਣਾ ਹੀ ਬਾਰਾਂ ਵਰਸ ਦੀ ਉਮਰ ਦੇ ਵਿੱਚ ਲੜਕਾ ਦਾਦੀ ਉਸਨੇ ਨਾਮ ਤਰਾਉਣਾ ਈ ਕਈ ਵਰਸ ਨੂੰ ਕੁਕਮੜਿਆ ਜਾ ਸੀ ਅਸੀਂ ਆਰਜੂ ਕੰਨੀ ਕਿਸੇ ਦੀ ਨੀਂ ਲਿਆ ਪਾਉਣਾ ਲੋਕਾਂ ਝੂਠੀਆਂ ਸਮਾਂ ਨੂੰ ਚਾਵਣਾ ਈ ਖਾਵਣ ਮੈਂ ਭੇਜਣਾ ਸੀ ਰਹਿਤ ਹੋਸਣ ਗਊਆਂ ਰੱਜ ਕੇ ਕਾ ਨਾ ਖਾਵਣਾ ਈ ਬੋਕਾ ਰਹਿੰਦਾ ਕਾ ਸੁਖਾ ਥੋੜਾ ਲੋਕਾਂ ਅੰਨ ਤੋਂ ਜੀ ਤਰਸਾਵਣਾ ਈ ਜਤੀ ਸਤੀ ਪਰਮਾਤਮਾ ਪੁੱਛ ਜਿਹੜੇ ਉਹਨਾਂ ਨੇ ਆਪਣਾ ਆਪ ਛੁਪਾਉਣਾ ਈ ਚੋਰ ਪੁੱਤਰ ਨੂੰ ਕੁਛ ਪ੍ਰਤੀਤ ਹੋਸੀ ਸਾਧਾ ਨੇ ਆਪਣਾ ਆਪ ਲਟਾਉਣਾ ਈ ਜਦੋਂ ਆ ਕੇ ਹੋਸੀ ਕਨਕੋਰ ਕਲ ਯੁਗ ਨੇਕ ਲੱਕ ਨੇ ਰੂਪ ਪ੍ਰਗਟਾਉਣਾ ਈ ਕਾਲੀ ਦਾਸ ਨੂੰ ਬੈਠ ਆਰਾਮ ਕਰਕੇ ਕੀ ਆਉਣਾ ਈ ਲਓ ਮੈਂ ਗੀਤ ਪੇਸ਼ ਕਰਨ ਜਾ ਰਿਹਾ ਹੈ ਅਕਬਰ ਬਾਦਸ਼ਾਹ ਸਾਥ ਮੰਗਦਾ ਰਾਜਾ ਜੈਮਲ ਫਤਿਹ ਚੰਦ ਦੇ ਕੋਲ ਉਹ ਹਿੰਦੂ ਰਾਜ ਉਹ ਮੁਸਲਮੀ ਚੁਕੱਪਾ ਬਾਦਸ਼ਾਹ ਉਹਦਾ ਤੇ ਉਹਦਾ ਸਾਥ ਨਹੀਂ ਸੀ ਬਣਦਾ ਮੀਆਂ ਮੁਹੰਮਦ ਨੇ ਸਾਹਿਬ ਮਲੂਕ ਨੂੰ ਵੰਡ ਕਰ ਛੱਡੀ ਹੈ ਧੀ ਚੂੜੇ ਦੀ ਸੱਯਦ ਮੰਗੇ ਦਿੰਦਾ ਉਹ ਸ਼ਰਮਾਵੇ ਜੱਟ ਨੂੰ ਸੱਤੀ ਕੱਪੜੀ ਅੱਗ ਲੱਗ ਜਾਂਦੀ ਹੈ ਅਲਗੋਜੀਆਂ ਦਾ ਸਾਥ ਸ਼ਰੀਫ ਫਕੀਰ ਮੁਹੰਮਦ ਜੀ ਦੇ ਰਹੇ ਨੇ ਲੋ ਸੁਣੋ ਲੋ ਦਾ ਸਾਥ ਮੇਰੇ ਪਾਪਾ ਖਟਾਈ ਸਾਹਮਣੇ ਦੇ ਲੂਣ ਨੂੰ ਭਾਲ ਦਿੰਦਾ ਵਜਾਈ
जगत राम लालका मिलना है मूनक तो निराश वापस आ गए कि इतने जगत राम लालका नाम का कोई बंदा नहीं है। फिर पता किया कि यह मूनक किथे है, पत्र अखबार नाल पत्र व्यवहार किया, पता लग गया कि मूनक उथों का व्यक्ति है। ये लोग करनाल गए थे, तीन दिन में लभ के इस व्यक्ति को लिया के थोड़े सामने पेश किया है। इन्ह लोगों को दाद देने वाली गल है जिन्होंने साडे विरसे नूं साडे तक इस ढंग नाल पहुंचाया है। मैं मंच का एक हिस्सेदार होता हुआ इस गल से माण भी करदा, इन लोगों का धन्यवाद भी करदा कि इस विरसा इसे तरह अमर रखने समर्थ हो गए, इन लोगों का सहयोग मिलता रहा, विरसा इवें अमर रहेगा।